मॉर्निंग, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਸੰਧੂ ਫੈਮਿਲੀ ਵਲੌਗ। ਅੱਜ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੀ ਹਾਂ ਬਿਲਕੁਲ ਡਿਫਰੈਂਟ ਹੈ। ਮੈਂ ਤੁਹਾਡੇ ਨਾਲ ਪੀਆਰ ਵੀਡੀਓ ਸ਼ੇਅਰ ਕਰਨ ਲੱਗੀ ਹਾਂ। ਕੁਛ ਪ੍ਰੋਡਕਟਸ ਆਇਆ ਮੈਨੂੰ ਫਲਿੱਪਕਾਰਟ ਤੋਂ, ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ। ਬਹੁਤ ਹੀ ਵਧੀਆ ਕੁਆਲਿਟੀ ਦੇ ਸਲੀਪਰਸ, ਜਿਨ੍ਹਾਂ ਨੂੰ ਫਲਿੱਪਫਲੋਪ ਸਲੀਪਰਸ ਵੀ ਕਹਿੰਦੇ ਆ, ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗੀ ਹਾਂ। ਈਜ਼ੀ ਅਤੇ ਕੰਫਰਟੇਬਲ ਆ ਵਾਕ ਕਰਨ ਵਾਸਤੇ, ਘਰ ਯੂਜ਼ ਕਰਨ ਵਾਸਤੇ, ਤੁਸੀਂ ਬਾਹਰ ਅੰਦਰ ਵੀ ਪਾ ਕੇ ਜਾ ਸਕਦੇ ਹੋ। ਚਲੋ ਆਓ ਆਪਾਂ ਸਟਾਰਟ ਤੋਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਪ੍ਰੋਡਕਟ ਹੈ ਉਹ ਹੈਗਾ ਹੈ ਜੀ ਸ਼ੂਟਿੰਗ ਸਟਾਰ ਦਾ। ਇਹ ਸਲੀਪਰ ਜਿਹੜਾ ਫਲਿੱਪ ਫਲੋਪ ਸਲੀਪਰ ਹੈ, ਇਹਦੀ ਹੀਲ ਵੀ ਹੈ ਦਿੱਤੀ ਹੋਈ। ਇਹ ਮੈਂ ਇੱਕ ਦੋ ਦਿਨ ਯੂਜ਼ ਕਰਕੇ ਵੀ ਵੇਖਿਆ, ਬਹੁਤ ਹੀ ਕੰਫਰਟੇਬਲ ਹੈ ਵਾਕ ਕਰਨ ਵਾਸਤੇ, ਬਹੁਤ ਹੀ ਸੌਫਟ ਪ੍ਰੋਡਕਟ ਹੈ, ਈਜ਼ੀ ਟੂ ਯੂਜ਼ ਹੈ। ਤੁਸੀਂ ਜਿਹੜੇ ਇਹਦੇ ਸਟ੍ਰੈਪਸ ਬਣੇ ਹੋਏ ਆ, ਇਹ ਥੋੜ੍ਹੇ ਫੈਂਸੀ ਵੀ ਬਣੇ ਹੋਏ ਆ। ਤੁਸੀਂ ਬਾਹਰ ਅੰਦਰ ਸ਼ੋਪਿੰਗ ਵਗੈਰਾ ਕਰਨ ਜਾਣਾ ਹੋਵੇ ਜਾਂ ਕਿਸੇ ਦੇ ਘਰ ਜਾਣਾ ਹੋਵੇ ਤਾਂ ਤੁਸੀਂ ਪਾ ਕੇ ਜਾ ਸਕਦੇ ਹੋ। ਇਹਦਾ ਕਲਰ ਜਿਹੜਾ ਹੈ ਬਰਾਊਨ ਹੈ। ਇਹ ਜਿਹੜਾ ਸਲੀਪਰ ਹੈ ਇਹਦਾ ਪ੍ਰਾਈਜ਼ ਹੈਗਾ ਜੀ 265। ਇਹ ਡਿਸਕਾਊਂਟ 'ਚ ਆਪਾਂ ਨੂੰ ਫਲਿੱਪਕਾਰਟ ਤੋਂ ਮਿਲ ਰਿਹਾ ਹੈ। ਇਹਦਾ ਜਿਹੜਾ ਲਿੰਕ ਹੈ ਉਹ ਮੈਂ ਡਿਸਕ੍ਰਿਪਸ਼ਨ 'ਚ ਦੇ ਦਿਆਂਗੀ, ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ। ਜਿਹਨੇ ਬਾਏ ਕਰਨਾ ਹੋਵੇ ਲਿੰਕ 'ਤੇ ਕਲਿੱਕ ਕਰਕੇ ਬਾਏ ਕਰ ਸਕਦਾ। ਉਸ ਤੋਂ ਬਾਅਦ ਨੈਕਸਟ ਜਿਹੜਾ ਉਹ ਆਪਣਾ ਬਲੈਕ ਕਲਰ 'ਚ ਸਲੀਪਰ ਹੈ, ਇਹਦੀ ਵੀ ਹੀਲ ਦਿੱਤੀ ਹੋਈ ਹੈ ਅਤੇ ਇਹਦੇ ਜਿਹੜੇ ਸਟ੍ਰਾਈਪਸ ਨੇ ਉਹ ਥੋੜ੍ਹੇ ਸ਼ਾਈਨੀ ਹੈ, ਥੋੜ੍ਹਾ ਫੈਂਸੀ ਲੁੱਕ ਕ੍ਰੀਏਟ ਕਰਦੇ ਹੈ। ਇਹ ਵੀ ਬਹੁਤ ਕੰਫਰਟੇਬਲ ਹੈ, ਬਹੁਤ ਹੀ ਲਾਈਟ ਵੇਟ ਸਲੀਪਰ ਹੈ। ਤੁਸੀਂ ਪਾ ਕੇ ਇਹਨਾਂ ਨੂੰ ਬਾਹਰ ਅੰਦਰ ਵੀ ਜਾ ਸਕਦੇ ਹੋ ਅਤੇ ਘਰ ਵੀ ਯੂਜ਼ ਕਰ ਸਕਦੇ ਹੋ। ਬਾਕੀ ਜਿਹੜੀ ਇਹਦੀ ਹੀਲ ਹੈ ਉਹ ਬਹੁਤ ਹੀ ਕੰਫਰਟੇਬਲ ਹੈ ਅਤੇ ਜਿਨ੍ਹਾਂ ਦੀ ਹਾਈਟ ਥੋੜ੍ਹੀ ਛੋਟੀ ਹੈ ਉਹਨਾਂ ਲਈ ਤਾਂ ਬਹੁਤ ਹੀ ਬੈਸਟ ਚੀਜ਼ ਹੈ। ਇਹਦਾ ਬਲੈਕ ਕਲਰ ਦਾ ਜਿਹੜਾ ਸਲੀਪਰ ਦਾ ਪ੍ਰਾਈਜ਼ ਹੈ ਉਹ 186 ਰੁਪੀਜ਼ ਹੈ। ਫਲਿੱਪਕਾਰਟ 'ਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਇਹ ਵੀ ਪ੍ਰੋਡਕਟ ਆਪਾਂ ਨੂੰ ਡਿਸਕਾਊਂਟ 'ਚ ਮਿਲ ਰਿਹਾ ਉੱਥੇ। ਉਸ ਤੋਂ ਬਾਅਦ ਜਿਹੜਾ ਨੈਕਸਟ ਸਲੀਪਰ ਹੈ ਉਹ ਆਪਾਂ ਨੂੰ ਰੈੱਡ ਕਲਰ 'ਚ ਹੈ, ਥੱਲੇ ਥੋੜ੍ਹੇ ਮਲਟੀ ਕਲਰ ਵੀ, ਬਲੂ, ਗ੍ਰੇ ਅਤੇ ਸੀ ਵਾਟਰ ਬਲੂ, ਇਹ ਕਲਰ ਆਪਾਂ ਨੂੰ ਮਿਲ ਰਿਹਾ ਹੈ। ਇਹਦੇ 'ਚ ਹੋਰ ਵੀ ਡਿਫਰੈਂਟ ਡਿਫਰੈਂਟ ਕਲਰਸ ਨੇ, ਤੁਸੀਂ ਫਲਿੱਪਕਾਰਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਇਹਦਾ ਪ੍ਰਾਈਜ਼ ਜਿਹੜਾ ਹੈਗਾ ਉਹ 220 ਹੈ। ਹੁਣ ਮੈਂ ਤੁਹਾਨੂੰ ਪਾ ਕੇ ਵੋਕ ਕਰਕੇ ਦਿਖਾਵਾਂਗੀ ਕਿ ਪਹੁੰਚੇ ਕਿੰਨੇ ਕੰਫਰਟੇਬਲ ਹੈ ਅਤੇ ਵੋਕ ਕਰਨੀ ਜਾਂ ਘਰ ਆਪਾਂ ਯੂਜ਼ਲੀ ਪਹੁੰਚ, ਬਹੁਤ ਹੀ ਸੌਫਟ ਨੇ ਅਤੇ ਬਹੁਤ ਹੀ ਵਧੀਆ ਨੇ। ਤੁਸੀਂ ਪਾਣੀ ਵਗੈਰਾ 'ਚ ਵੀ ਪਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਇਹਨਾਂ ਨੂੰ। ਚਲੋ ਹੁਣ ਮੈਂ ਤੁਹਾਨੂੰ ਇਹ ਸਲੀਪਰ ਪਾ ਕੇ ਵੋਕ ਕਰਕੇ ਦਿਖਾਉਣੀ ਹੈ। ਸਭ ਤੋਂ ਪਹਿਲਾਂ ਆਪਾਂ ਬਰਾਊਨ ਸਲੀਪਰ ਟਰਾਈ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿੰਨਾ ਕੰਫਰਟੇਬਲ ਹੈ, ਬਹੁਤ ਹੀ ਸੌਫਟ ਹੈ। ਤੁਸੀਂ ਜੇ ਕੋਈ ਡਰਾਈਵਿੰਗ ਵਗੈਰਾ ਕਰਨੀ ਹੈ ਉਹ ਵੀ ਕਰ ਸਕਦੇ ਹੋ, ਇਹਦੇ ਨਾਲ ਬਹੁਤ ਹੀ ਕੰਫਰਟੇਬਲ ਹੈ, ਉਹ ਵੀ ਮੈਂ ਤੁਹਾਨੂੰ ਕਰਕੇ ਦਿਖਾਵਾਂਗੀ। ਨੈਕਸਟ ਆਪਾਂ ਬਲੈਕ ਸਲੀਪਰ ਟਰਾਈ ਕਰਦੇ ਹਾਂ। ਜਿਹੜਾ ਇਹ ਬਲੈਕ ਹੈ ਸਲੀਪਰ, ਇਹ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ, ਪਤਾ ਹੀ ਨਹੀਂ ਲੱਗਦਾ ਪੈਰਾਂ 'ਚ ਪਾਇਆ ਹੋਇਆ ਹੈ। ਇਹ ਜਿਹੜਾ ਰੈੱਡ ਕਲਰ ਵਾਲਾ ਸਲੀਪਰ ਹੈ ਇਹ ਤੁਸੀਂ ਐਜ਼ ਅ ਬਾਥਰੂਮ ਚੱਪਲ ਵੀ ਯੂਜ਼ ਕਰ ਸਕਦੇ ਹੋ ਅਤੇ ਬਾਹਰ ਅੰਦਰ ਵੀ ਯੂਜ਼ ਕਰ ਸਕਦੇ ਹੋ, ਕਿਉਂਕਿ ਥੋੜ੍ਹਾ ਫੈਂਸੀ ਲੁੱਕ ਵੀ ਦਿੱਤਾ ਹੋਇਆ ਹੈ ਇਹਨੂੰ। ਬਾਕੀ ਇਹਦਾ ਕਲਰ ਜਿਹੜਾ ਬਹੁਤ ਹੀ ਪਿਆਰਾ ਹੈ। ਚਲੋ ਜੀ, ਮੈਂ ਤੁਹਾਨੂੰ ਤਿੰਨੇ ਸਲੀਪਰ ਜਿਹੜੇ ਉਹ ਟਰਾਈ ਕਰਕੇ ਦਿਖਾ ਦਿੱਤੇ ਹੋਏ ਆ ਕਿ ਕਿਸ ਤਰ੍ਹਾਂ ਵਾਕ ਕਰਨ 'ਚ ਬਹੁਤ ਹੀ ਈਜ਼ੀ ਨੇ ਅਤੇ ਬਹੁਤ ਹੀ ਕੰਫਰਟੇਬਲ ਨੇ। ਅਤੇ ਹੁਣ ਬਹੁਤ ਜ਼ਿਆਦਾ ਰਿਕੁਐਸਟ ਆਈ ਸੀ ਕਿ ਤੁਸੀਂ ਫਲਿੱਪ ਫਲੋਪ ਸਲੀਪਰਸ ਪਾ ਕੇ ਤੁਸੀਂ ਕਾਰ ਦੀ ਰਿਵਾਈਵਿੰਗ ਕਰਕੇ ਦਿਖਾਓ। ਚਲੋ ਹੁਣ ਆਪਾਂ ਚੱਲਦੇ ਹਾਂ ਗੱਡੀ 'ਚ ਅਤੇ ਤੁਹਾਨੂੰ ਕਾਰ ਰਿਵਾਈਵਿੰਗ ਦਿਖਾਉਣੇ ਹੈ ਫਲਿੱਪ ਫਲੋਪ ਸਲੀਪਰਸ ਨਾਲ, ਕਿੰਨੀ ਕੋਈ ਕੰਫਰਟੇਬਲ ਹੈ ਅਤੇ ਕਿੰਨੀ ਕੋਈ ਈਜ਼ੀ ਹੈ। ਚਲੋ ਆਓ ਚੱਲ।
ਹੈ ਕਿੰਨੀ ਈਜ਼ੀ ਹੈ ਇਹ ਫਲਿੱਪ ਫਲੋਪ ਸਲੀਪਰਸ ਪਾ ਕੇ ਗੱਡੀ ਡਰਾਈਵ ਕਰਨੀ ਨਹੀਂ ਕੋਈ ਔਖੀ ਗੱਲ ਨਹੀਂ ਗੀ ਤੁਸੀਂ ਬਾਕੀ ਇਹਨਾਂ ਦੀ ਕੁਆਲਿਟੀ ਜਿਹੜੀ ਉਹ ਬਹੁਤ ਹੀ ਵਧੀਆ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਜੇ ਤੁਸੀਂ ਬਾਏ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ ਥੱਲੇ ਦਿੱਤੇ ਲਿੰਕ 'ਤੇ ਜਾ ਕੇ ਕਲਿੱਕ ਕਰਕੇ ਬਾਏ ਕਰ ਸਕਦੇ ਹੋ ਅਤੇ ਇਹਨਾਂ ਦੇ ਸਾਰਿਆਂ ਦੇ ਲਿੰਕ ਜਿਹੜੇ ਆ ਉਹ ਮੈਂ ਡਿਸਕ੍ਰਿਪਸ਼ਨ 'ਤੇ ਇਹਨਾਂ ਸਾਰਿਆਂ ਦੇ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦੇ ਦਿਆਂਗੀ ਜਿਹੜੇ ਕਲਰ ਚੋਇਸ ਤੁਸੀਂ ਆਪਣੀ ਪਸੰਦ ਨਾਲ ਕਰ ਸਕਦੇ ਹੋ ਅਤੇ ਇਹਦਾ ਸਾਈਜ਼ ਵੀ ਜਿਹੜੇ ਸਾਰੇ ਸਾਈਜ਼ ਅਵੇਲੇਬਲ ਨੇ ਮੇਰਾ ਸਾਈਜ਼ ਜਿਹੜਾ ਉਹ ਸਾਈਜ਼ 5 ਹੈ ਇਸ ਕਰਕੇ ਮੈਂ 5 ਸਾਈਜ਼ ਮੰਗਾਇਆ ਤੁਸੀਂ ਆਪਣੀ ਪਸੰਦ ਦੇ ਅਕੋਰਡਿੰਗ ਆਪਣੇ ਸਾਈਜ਼ ਦੇ ਅਕੋਰਡਿੰਗ ਮੰਗਵਾ ਸਕਦੇ ਹੋ ਚਲੋ ਜੀ ਆਪਣੀ ਵੀਡੀਓ ਅੱਜ ਦੀ ਇੰਨੀ ਹੀ ਸੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਇੱਕ ਵੀਡੀਓ ਜਿਹੜੀ ਹੈ ਪਸੰਦ ਆਈ ਹੋਊਗੀ ਜੇ ਵੀਡੀਓ ਪਸੰਦ ਆਈ ਹੈ ਤਾਂ ਇੱਕ ਵਾਰੀ ਲਾਈਕ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਅਤੇ ਕਮੈਂਟ ਕਰਕੇ ਮੈਨੂੰ ਆਪਣੀ ਰਾਏ ਜ਼ਰੂਰ ਦਿਓ ਥੈਂਕ ਯੂ ਸੋ ਮੱਚ ਫੋਰ ਵਾਚਿੰਗ